ਹਾਂਜੀ ਬਾਈ, ਕੀ ਹਾਲਾ ਤੁਹਾਡੇ ਸਾਰਿਆਂ ਦਾ? ਹੋਪ ਕਰਦਾ ਸਾਰੇ ਜਣੇ ਵਧੀਆ ਹੋਣਗੇ। ਮੈਂ ਤੁਹਾਡਾ ਆਪਣਾ ਜਸਵੀਰ ਦੀ, ਤੇ ਯਾਰ ਹੁਣੀ ਚੱਲੇ ਹੈਗੇ ਇੰਡੀਆ, ਤੇ ਇੰਡੀਆ ਜਾਣ ਲਈ ਯਾਰਾਂ ਨੇ ਸੇਵਿੰਗਸ ਕੀਤੀਆਂ ਸੀਗੀਆਂ। ਸੋ ਕਹਿਣ ਦਾ ਮਤਲਬ ਇੰਡੀਆ ਜਾਣ ਦੇ ਲਈ ਨਹੀਂ, ਇਹ ਮੈਂ ਜਦੋਂ ਕਾਲਜ ਦੇ ਵਿੱਚ ਆਇਆ ਸੀਗਾ ਇੱਥੇ 2019 ਦੇ ਵਿੱਚ ਕਨੇਡਾ, ਉਹ ਸਾਲ ਦੇ ਮੇਰਾ ਖਿਆਲ ਐਂਡ ਦੇ ਵਿੱਚ ਮੈਂ ਗੋਲਕ ਖਰੀਦੀ ਸੀਗੀ, ਮੈਂ ਅਤੇ ਮੇਰੇ ਯਾਰ ਦੋਸਤ ਪੰਡਿਤ ਨੇ, ਅਤੇ ਉਹਦੇ ਵਿੱਚੋਂ ਇਹ ਜਿਹੜੀ ਹੈਗੀ ਗੋਲਕ 2019 ਤੋਂ ਲੈ ਕੇ ਮੈਂ ਵਿੱਚ ਪੈਸੇ ਪਾਉਂਦਾ ਰਿਹਾ। ਕਦੀ ਕੁਛ ਜੋਬ ਕਰਦਾ ਹੁੰਦਾ ਸੀਗਾ, ਕੈਸ਼ ਮਿਲਦਾ ਹੁੰਦਾ ਸੀਗਾ ਜਾਂ ਚੈੱਕ ਮਿਲਦਾ ਹੁੰਦਾ ਸੀਗਾ, ਕੁਛ ਨਾ ਕੁਛ ਇਹਦੇ ਵਿੱਚ ਪਾਉਂਦਾ ਰਹਿੰਦਾ ਹੁੰਦਾ ਸੀ। ਕਦੀ ਭਾਨ ਮੇਰੇ ਕੋਲ ਇਕੱਠੀ ਹੋ ਜਾਣੀ, ਉਦੋਂ ਕੋਇਨ ਲਾਉਂਡਰੀ ਜਾਂਦੇ ਹੁੰਦੇ ਸੀਗੇ, ਅਤੇ ਭਾਨ ਇਕੱਠੀ ਹੋ ਜਾਣੀ, ਭਾਨ ਇਹਦੇ ਵਿੱਚ ਥੋੜ੍ਹੀ ਪਾ ਦੇਣੀ, ਅਤੇ ਇੱਦਾਂ ਹੀ ਕਰਕੇ ਇਹ ਜਿਹੜਾ ਹੈਗਾ ਆ ਗੋਲਕ ਭਰ ਗਿਆ। ਅਤੇ ਇਹਦੇ ਵਿੱਚ ਹੁਣ ਬੇਸਿਕਲੀ ਕਿੰਨੇ ਪੈਸੇ ਨੇ, ਅਤੇ ਲੈਟ ਸੀ ਇਹ ਤੁਹਾਡੇ ਨਾਲ ਖੋਲ੍ਹਦੇ ਹਾਂ, ਦੇਖਦੇ ਹਾਂ, ਗਿਣਦੇ ਹਾਂ। ਅਤੇ ਕਮਰੇ ਦੇ ਵਿੱਚ ਖਲਾਰਾ ਪਿਆ ਹੋਇਆ ਆ, ਡੋਂਟ ਮਾਇੰਡ, ਹੁਣ ਇੰਡੀਆ ਜਾਣਾ ਹੈਗਾ ਆ, ਤਾਂ ਕਰਕੇ ਸਾਰੇ ਪਾਸੇ ਟੈਚੀ ਟੈਚੀ ਹੋਏ ਪਏ ਨੇ। ਅਤੇ ਮੈਨੂੰ ਸੀਗਾ ਕਿ ਜਦੋਂ ਕਾਲਜ ਸ਼ੁਰੂ ਹੋਇਆ ਸੀਗਾ, ਸਾਲ ਹੋਇਆ ਸੀਗਾ, ਉਦੋਂ ਇਹ ਖਰੀਦੀ ਸੀਗੀ। ਮੈਂ ਸੋਚਿਆ ਸੀ ਜਦੋਂ ਕਾਲਜ ਖਤਮ ਹੋਊਗਾ ਉਦੋਂ ਗਿਣਾਂਗੇ, ਫਿਰ ਉਸ ਤੋਂ ਬਾਅਦ ਸੋਚਿਆ ਜਦੋਂ ਵਰਕ ਪਰਮਿਟ ਦੇ ਉੱਤੇ ਆਵਾਂਗੇ ਉਦੋਂ ਗਿਣਾਂਗੇ, ਫਿਰ ਉਸ ਤੋਂ ਬਾਅਦ ਸੋਚਿਆ ਵੀ ਨਹੀਂ ਜਦੋਂ ਆਪਾਂ PR ਹੋਵਾਂਗੇ ਉਦੋਂ ਗਿਣਾਂਗੇ। ਬਟ ਉਸ ਤੋਂ ਪਹਿਲਾਂ ਹੁਣ ਮੈਂ ਚੱਲਾਂ ਹੈਗਾ ਇੰਡੀਆ PR ਹੋਣ ਤੋਂ, ਅਤੇ ਮੈਨੂੰ ਸੀਗਾ ਹੁਣ ਗੋਲਕ ਖੋਲ੍ਹਣ ਦਾ ਰਾਈਟ ਟਾਈਮ ਹੈਗਾ ਆ। ਪੈਸੇ ਤਾਂ ਚਲੋ ਹੈਗੇ ਸੁੱਖ ਨਾ, ਬਟ ਮੈਨੂੰ ਸੀਗਾ ਵੀ ਹੁਣ ਖੋਲ੍ਹੀਏ, ਅਤੇ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਨਾਲ, ਤੁਹਾਡੀ ਵੀਡੀਓ ਦੇ ਵਿੱਚ ਨਾਲ ਖੋਲ੍ਹਦੇ ਹਾਂ, ਦਿਖਾਉਂਦੇ ਹਾਂ ਗੋਲਕ, ਹੋਰ ਗੱਲਾਂ ਬਾਤਾਂ ਮਾਰਦੇ ਹਾਂ, ਦੇਖਦੇ ਹਾਂ ਕਿੰਨੇ ਪੈਸੇ ਇਕੱਠੇ ਹੋਏ, ਅਤੇ ਗਿਣਦੇ ਹਾਂ। ਅਤੇ ਮੇਨ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਕਿ ਨਾਲ ਤੁਹਾਨੂੰ ਵੀ ਪਤਾ ਲੱਗੇ, ਅਗਰ ਤੁਸੀਂ ਕੈਨੇਡਾ ਦੇ ਵਿੱਚ ਇੱਥੇ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਹੈਗੇ ਆ, ਜਾਂ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਆਉਂਦੇ ਆ ਲਾਈਫ ਦੇ ਵਿੱਚ, ਅਗਰ ਤੁਹਾਡੇ ਕੋਲ ਇੱਕ ਗੋਲਕ ਹੈਗੀ ਹੈ, ਉਹਦੇ ਵਿੱਚ ਸੇਵਿੰਗਸ ਕਰਦੇ ਹੈਗੇ ਆ, ਤਾਂ ਤੁਸੀਂ ਕੁਛ ਕੁ ਅਮਾਊਂਟ ਜਿਹੜੀ ਹੈਗੀ ਆ ਸੇਵ ਕਰ ਸਕਦੇ ਹੈਗੇ ਆ ਆਪਣੇ ਹਾਰਡ ਟਾਈਮ ਲਈ, ਫਿਊਚਰ ਲਈ, ਜਾਂ ਕੁਛ ਜ਼ਰੂਰੀ ਚੀਜ਼ ਲਈ ਆ, ਅਤੇ ਜੇ ਤੁਸੀਂ ਕੁਛ ਆਪਣੇ ਮਨਪਸੰਦ ਦਾ ਲੈਣਾ ਹੈਗਾ ਕਿਸੇ ਚੀਜ਼ ਦੇ ਲਈ ਵੀ, ਗੋਲਕ ਹੋਣੀ ਜ਼ਰੂਰੀ ਆ, ਚਾਹੇ ਤੁਸੀਂ ਵੱਡੇ ਹੋ ਚਾਹੇ ਛੋਟੇ ਹੋ, ਜਿੱਦਾਂ ਵੀ ਮਰਜ਼ੀ ਹੈਗਾ ਆ। ਅਤੇ ਹੁਣ ਆਪਾਂ ਗੋਲਕ ਖੋਲ੍ਹਦੇ ਹਾਂ, ਪੱਖਾ ਪੁੱਖਾ ਚਲਾਉਂਦੇ ਹਾਂ, ਗਰਮੀ ਲੱਗਣ ਲੱਗ ਪਈ ਆ, ਅਤੇ ਇਹ ਵੀਡੀਓ ਇੰਸਟਾਗ੍ਰਾਮ 'ਤੇ ਵੀ ਪਊਗੀ, ਇੱਥੇ ਵੀ ਯੂਟਿਊਬ 'ਤੇ ਵੀ ਪਊਗੀ, ਸਾਰੇ ਜਣੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ, ਇੰਸਟਾਗ੍ਰਾਮ 'ਤੇ ਫੋਲੋ ਜ਼ਰੂਰ ਕਰ ਦਿਓ। ਅਤੇ ਇੰਡੀਆ ਬਾਕੀ ਫਿਰ ਤੁਹਾਨੂੰ ਦਿਖਾਵਾਂਗੇ ਕਿੱਦਾਂ ਐਸ਼ ਪ੍ਰਸਤੀ ਮੌਜ ਮਸਤੀ ਕਰਦੇ ਹੈਗੇ ਆ, ਅਤੇ ਵੀਡੀਓ ਦੇ ਵਿੱਚ ਬਣੇ ਰਹੋ। ਅਤੇ ਹੁਣ ਅੱਗੇ ਖੋਲ੍ਹਦੇ ਹਾਂ ਆਪਾਂ, ਲੈਟਸ ਗੋ। ਸੋ ਦੇਖੋ ਜੀ, ਆਪਾਂ ਓਪਨਰ ਲਿਆਂਦਾ ਆ, ਸੋ ਓਪਨਰ ਨਾਲ ਹੁਣ ਆਪਾਂ ਖੋਲ੍ਹਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਨਿਕਲ ਕੇ ਆਉਂਦਾ। ਜਿਹੜਾ ਮੇਰਾ ਐਸਟੀਮੇਟ ਹੈਗਾ ਆ, ਕੁਛ ਬਾਹਲਾ ਜ਼ਿਆਦਾ ਨਹੀਂ, ਬਾਕੀ ਲੈਟਸ ਸੀ। ਅਤੇ ਮੈਨੂੰ ਤਾਂ ਨਹੀਂ ਲੱਗਦਾ ਅੱਜ ਸਾਰੀ ਰਾਤ ਬੈਠ ਕੇ ਵੀ ਗਿਣ ਹੋਊਗੇ। ਲਓ ਜੀ, ਇਹ ਖਰਾਬ ਹੋ ਗਿਆ, ਇਹ ਕੈਨੇਡਾ ਚ ਸਹੀ ਨਹੀਂ ਹੈਗੇ, ਇਹ ਖਰਾਬ ਹੋ ਜਾਂਦੇ। ਮੈਨੂੰ ਤਾਂ ਲੱਗਦਾ ਹੋਣੇ ਆ ਇੱਥੇ 5-5 ਦੇ ਨੋਟ। ਲਓ ਜੀ, ਤੈਂ ਵੀ ਦੇਖ ਲਾ ਕੇ, ਕਮ ਹੀਅਰ, ਦੇਖ ਲਾ ਕੀ ਆ ਇਹ ਨੋਟ ਨੇ, ਤੈਂ ਮੂਹਰੇ ਪੈਣਾ ਹੈ। ਇਹ ਵੀ ਦੇਖਦੀ ਵੀ ਕੀ ਨਿਕਲੂ, ਕਿੰਨੇ ਪੈਸੇ ਨਿਕਲੂਗੇ। ਮੇਰੇ ਹਿਸਾਬ ਨਾਲ ਤਾਂ ਗੱਲਬਾਤ ਬਣੀ ਲੱਗਦੀ ਹੈ, ਮੇਰਾ ਮੂੰਹ ਉਹਦੇ ਵਿੱਚ ਜ਼ਿਆਦਾ ਗੋਰਾ ਨਹੀਂ ਲੱਗਦਾ ਵੀਡੀਓ ਦੇ ਵਿੱਚ। ਬਸ ਥੋੜ੍ਹਾ ਥੱਲੇ ਕਰ, ਬਸ ਦੇਖੋ ਜੀ, ਆਹ ਦੇਖੋ ਜੀ ਖੋਲ੍ਹ ਕੇ। ਇਹ ਤਾਂ ਮੈਂ ਕਿਹਾ ਨੋਟਾਂ ਦੀ ਬਾਰਿਸ਼ ਹੋ ਗਈ ਹੈਗੇ ਨੇ ਭਾਈ, 50-50 ਦੇ ਵੀ, ਆਹ 100 ਦੇ ਵੀ, ਕਿਆ ਬਾਤ ਹੈ। ਬਸ ਇੰਨੇ ਹੀ ਨੋਟ ਨੇ, ਅਤੇ ਬਾਕੀ ਭਾਨ ਤਾਂ ਜਿਹੜੀ ਹੈਗੀ ਆ $2-2 ਦੇ ਜ਼ਿਆਦਾ ਲੱਗਦੇ ਪਏ ਜਿੱਥੇ ਤੱਕ ਮੈਨੂੰ ਲੱਗਦਾ। ਬਾਕੀ ਸਭ ਤੋਂ ਪਹਿਲਾਂ ਆਪਾਂ ਨੋਟ ਗਿਣਦੇ ਹਾਂ, ਕਿਉਂਕਿ 100 ਦੇ ਤਾਂ ਮੈਨੂੰ ਕੁਛ ਜ਼ਿਆਦਾ ਲੱਗਦੇ ਨਹੀਂ ਹੈਗੇ, $200 ਹੀ ਹੈ, ਬਾਕੀ ਆ 300। ਚਲੋ ਬਾਕੀ ਹੌਲੀ ਹੌਲੀ ਗਿਣਦੇ ਹਾਂ। ਹੁਣ ਨਿੰਮੋ ਜੀ ਇੱਧਰ ਆ ਜਾਓ, ਸਾਈਡ 'ਤੇ ਵਿੱਚ ਤੁਸੀਂ ਬਹਿ ਗਏ ਹੋ, ਸਾਨੂੰ ਗਿਣਨ ਦੇ ਨੋਟ ਹੁਣ। ਅਤੇ
लो जी ये इन्ने नोट जिहड़े हैगे आ सारे निकले आ। इहदे विच आ पंज दे जिहड़े हैगे आ नोट इन्ने क पंज दे ने, ज़्यादा चलो छोटे नोट पंज दे हुंदे ने। फिर उस तो बाद दे विच बाकी भी हैगे ने, आपां इदां करदे गिणदे ही आ किन्ने हैगे टोटल। ये सिर्फ नोट नोट आपां गिणदे आ ते सानूं दल्ले दिओ तुसीं 5-10 मिनट होर, क्योंकि इहदे विच 100 दे ही पहलां तुहानूं 100 दे एक्सल एक्सल च गिणाने किन्ने आ। 1, 2, 3, 4, 5, 6 $600 हैगा 100 दा, 7, 800 डॉलर तकरीबन हैगे। $800 वड्डा नोट है, $800 दे मेरी ए मेरी ये सी भी मेरा ख्याल $1,000 तो सारी गोलक च होना है, बट तुसीं देख लो $800 का जिहड़ा हैगा सीधा नोटा दा निकल गया। आ 5-5 दे 10-10 दे 20-20 दे जिहड़े हैगे आ किन्ने ही नोट हैगे ने। सो एक बार सारे गिणदे आ फिर एट लास्ट तुहानूं दस्सांगे वीडियो दे एंड च किन्ने बणदे आ। ते भान ने तां मैं कहिंदा सिरा ही लाता, भान तां जिहड़ी हैगी आ इह बहुत ज़्यादा भारी है, ते एक बार तुसीं देखो टू मच ने। ते हुण इह भी गिणांगे किन्ने बणदे आ, ते बाकी लैट सी। हाँ जी, सो इत्थे सारे नोट लाते आ, लैपटॉप दे थल्ले तुहानूं पता नहीं दिखना नहीं। आ 5 दे नोट आ, 10 दे नोट आ, आ 20 दे नोट हैगे आ, ते इह 100 ते 50 दा नोट हैगा आ। सो जिहड़े हुण मैं नोट गिणे हैगे ने ते पैसे किन्ने बण गए हैगे ने, ओह आ $5 दे 28 नोट हैगे ने, $140 बणे। ते $10 दे हैगे 8 नोट, $80 ही बणे, 10-10 दे नोट बणे थोड़े पाए मैं आफर आना। $20 दे हैगे सीगे 14 नोट, $280 बणे। ते $5 दे सीगे 4 नोट, $200, $50 दे सॉरी 4 नोट सीगे। ते $100 का जिहड़ा हैगा 6 नोट सीगे, $600 बण गए। सो टोटल मिला के $1,300 बणिया बाबे का 13 नंबर ते $1,300। सो हुण भान देखांगे, भान भी की कहिंदे ने $13,000 होणी है। मतलब इन्नी तां नहीं, ते बाकी लैट सी। आह जिहड़े हैगे आ $1,300 ये बणिया आ, ते $1,300 दी तां फ्लाइट भी नहीं मेरी आई। वैसे फ्लाइट भी जिहड़ी मेरी इंडिया दी हैगी आ $2,200 दी, $2,500 दी बुक हुई आ, हले निमो दी लैदा हैगी, उहदी टिकट हले पाणी आ। सो चलो एनी हाओ, हुण आपां जिहड़ी मेन गल हैगी आ भान गिणदे आ, भान किन्नी हैगी आ। भान दे लई मैनूं तां हैगा वी बैंकां वाला कोई मशीन होवे ते मैं उहदे च सुट देवां, बट हुण मैनूं मन भी करदा वी मैं आप गिणा, बाकी लैट सी की हुंदा। सो एक वार आप गिणदे आ, भान ट्राई करदे आ, पहलां इकट्ठे करके रखीए दो दो दे एक एक दे 25-25 सेंटां दे किन्ने किन्ने हैगे सिक्के, फिर उस तों बाद गिणन च सौखा आऊगा। बाकी इत्थे जदे हुण ढेरी करनी है तां लैट सी की हुंदा। इंडिया वाला भी 2 रुपये इच पिया आ, पैसा पैसा हो पई है, पैसा पैसा फाइनली नोट खाली हो गई है। आ नोट पए ने, आ हुण भान देखने किन्नी है। सो हाँ जी बई, मैं क्या वीडियो में करिए ख़त्म। सो जिहड़े अपने को टोटल पैसे हुए हैगे ने वो आपां तुहानूं तकरीबन दसे सीगे, $1,300 ये हो गया पूरे का पूरा, $1,300 प्लस $200 की भान हैगी अपने को, जिहड़े एक एक डेढ़ डेढ़ एक एक डॉलर हैगे, तो दो दो एक एक रुपये हैगा, दो दो रुपये हैगे, $200 ये हो गया। तो तुसीं मन्नो $1,300-1,500 की जिहड़ी हैगी आ, $1,500 ਜਿਹੜਾ ਹੈਗਾ ਆ ਆਲਮੋਸਟ ਜਿਹੜਾ ਹੈਗਾ ਆ ਨਿਕਲਿਆ ਹੈਗਾ ਆ ਸਾਰੇ ਨੋਟਾਂ ਦੇ ਵਿੱਚ, 5, 10, 20, 50 ਅਤੇ 100 ਅਤੇ $1 ਦੀ ਭਾਨ, $2 ਦੀ ਭਾਨ, ਅਤੇ ਬਾਕੀ ਦੇ ਜਿਹੜੇ ਉਹ ਛੋਟੀਆਂ ਛੋਟੀਆਂ ਭਾਨਾਂ ਹੈਗੀਆਂ ਨੇ ਉਹ ਗਿਣੀਆਂ ਨਹੀਂ। ਮੈਕਸੀਮਮ ਕੀ ਕਹਿੰਦੇ ਉਹ ਛੋਟੀ ਭਾਨ ਦਾ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ $50 ਤੋਂ ਵੱਧ ਬਣਨੇ ਹੈਗੇ ਨੇ, ਅਤੇ ਸੋ ਆਹੀ ਹੈ ਜੋ ਹੈਗਾ। ਸੋ ਇਹ ਜਿਹੜੀ ਹੈਗੀ ਆ ਮੈਂ ਸੇਵਿੰਗ ਬਹੁਤ ਪਹਿਲਾਂ ਤੋਂ ਸ਼ੁਰੂ ਕੀਤੀ ਸੀਗੀ, ਅਤੇ ਕੋਈ ਇਹ ਪਰਟੀਕੁਲਰ ਰੀਜ਼ਨ ਨਹੀਂ ਸੀਗਾ ਵੀ ਕਿਉਂ ਕੀਤੀ ਸੀ ਜਾਂ ਕਿੱਦਾਂ। ਉਦੋਂ ਕੀ ਹੁੰਦਾ ਸੀਗਾ ਕਿ ਬੇਸਮੈਂਟ ਦੇ ਵਿੱਚ ਰਹਿਣਾ ਹੈ ਨਾ, ਅਤੇ ਭਾਨ ਜਿਹੜੀ ਹੈਗੀ ਆ ਕਦੀ ਕਿੱਧਰ ਚਲ ਜਾਣੀ ਕਦੀ ਕਿੱਧਰ ਚਲ ਜਾਣੀ, ਕਦੀ ਬੈੱਡ ਦੇ ਕਿੱਥੇ ਵੜ ਜਾਣੀ ਹੈ, ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਲੱਭਣਾ, ਫਿਰ ਉਸ ਤੋਂ ਬਾਅਦ ਕਈ ਵਾਰ ਨਹੀਂ ਲੱਭਣੀ ਭਾਨ, ਉਦੋਂ ਹੀ ਝਾੜੂ ਨਾਲ ਨਿਕਲ ਜਾਣੀ ਬਾਹਰ। ਸੋ ਫਿਰ ਮੈਂ ਉਦੋਂ ਸੋਚਿਆ ਸੀਗਾ, ਮੈਂ ਕਿਹਾ ਯਾਰ ਆਪਾਂ ਇੱਦਾਂ ਕਰਦੇ ਹਾਂ ਵੀ
ਮੈਂ ਗੋਲਕ ਲਿਆਉਂਦਾ ਅਤੇ ਗੋਲਕ ਦੇ ਵਿੱਚ ਆਪਾਂ ਭਾਨ ਸਾਈਡ ਦੇ ਉੱਤੇ ਪਾਈ ਜਾਵਾਂਗੇ ਅਤੇ ਉਹ ਗੋਲਕ 'ਚ ਭਾਨ ਪਾਉਂਦੇ 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 ਫਿਰ ਉਸ ਤੋਂ ਬਾਅਦ ਚਾਈ ਚੜ੍ਹ ਗਿਆ ਵੀ ਯਾਰ ਨਹੀਂ ਹੁਣ ਆਪਾਂ ਗੋਲਕ ਆਪਾਂ ਉਦੋਂ ਖੋਲ੍ਹਾਂਗੇ ਜਦੋਂ ਪੜ੍ਹਾਈ ਪੂਰੀ ਹੋ ਗਈ ਫਿਰ ਉਸ ਤੋਂ ਬਾਅਦ ਗੋਲਕ ਉਦੋਂ ਖੋਲ੍ਹਾਂਗੇ ਜਦੋਂ ਵਰਕ ਪਰਮਿਟ ਆ ਗਿਆ ਸੋ ਇੱਦਾਂ ਕਰਦੇ ਕਰਦੇ ਅੱਜ ਹੁਣ ਗੋਲਕ ਖੋਲ੍ਹ ਹੀ ਲਈ ਹੈ ਸੋ ਹੁਣ ਇੱਦਾਂ ਸੀਗਾ ਕਿ ਪ੍ਰੋਗਰਾਮ ਇੰਡੀਆ ਜਾਣਾ ਆ ਅਤੇ ਇੰਡੀਆ ਹੁਣ ਤੁਹਾਨੂੰ ਥੋੜ੍ਹਾ ਹਿੰਟ ਦੇ ਦਿੰਦੇ ਹੈਗੇ ਹਾਂ ਬੈਚਲਰ ਲਾਈਫ ਜਿਹੜੀ ਹੈਗੀ ਆ ਭਾਣ ਵਾਲੀ ਉਹ ਖਤਮ ਹੋਣ ਵਾਲੀ ਆ ਅਤੇ ਤਾਂ ਕਰਕੇ ਮੈਂ ਕਿਹਾ ਵੀ ਹੁਣ ਗੋਲਕ ਵੀ ਖੋਲ੍ਹੀਏ ਹੈ ਨਾ ਅਤੇ ਬਾਕੀ ਤੁਸੀਂ ਸਮਝਣ ਵਾਲੇ ਸਮਝ ਹੀ ਗਏ ਹੋਵੋਗੇ ਅਤੇ ਇੰਡੀਆ ਆਪਾਂ ਜਾਵਾਂਗੇ ਤੁਹਾਨੂੰ ਸਰਪ੍ਰਾਈਜ਼ ਵਗੈਰਾ ਕਾਫੀ ਦੇਵਾਂਗੇ ਅਤੇ ਚੱਲਾਂ ਵੀ ਮੈਂ ਇੰਡੀਆ ਜਿਹੜਾ ਹੈਗਾ ਆ ਉਹ ਆਫਟਰ ਆਲਮੋਸਟ 4.5-5 ਸਾਲਾਂ ਬਾਅਦ ਹੈਗਾ ਆ ਅਤੇ ਦੇਖੋ ਕੀ ਹੁੰਦਾ ਸੋ ਜਿਹੜੀ ਇਹ ਸੇਵਿੰਗ ਹੈਗੀ ਆ ਹੋਣੀ ਚਾਹੀਦੀ ਆ ਲਾਈਫ ਦੇ ਵਿੱਚ ਤੁਹਾਡੇ ਕਿਸੇ ਨਾ ਕਿਸੇ ਕੰਮ ਆਉਂਦੀ ਹੈਗੀ ਹੈ ਮੁਸ਼ਕਿਲ ਟਾਈਮ ਦੇ ਵਿੱਚ ਜੇ ਤੁਹਾਨੂੰ ਲੋੜ ਪਵੇ ਉਸ ਤੋਂ ਬਾਅਦ ਦੇ ਵਿੱਚ ਜੇ ਰੱਬ ਨਾ ਕਰੇ ਕੋਈ ਪੈਸਿਆਂ ਦੀ ਬਾਹਲੀ ਜ਼ਿਆਦਾ ਨੀਡ ਹੋਵੇ ਵੀ ਜੇਬ 'ਚ ਨਾ ਪੈਸਾ ਹੋਣ ਹੋਵੇ ਤਾਂ ਤੁਸੀਂ ਗੋਲਕ ਤੋੜ ਕੇ ਖੋਲ੍ਹ ਸਕਦੇ ਹੈਗੇ ਹੈ ਨਾ ਅਤੇ ਨਾਲੇ ਉਸ ਤੋਂ ਬਾਅਦ ਇੱਕ ਇਹ ਹੈਬਿਟ ਹੀ ਬਣਾਓ ਜਿਹੜੇ ਤੁਹਾਡੇ ਕੋਲ ਪੈਸੇ ਆਉਂਦੇ ਹੈਗੇ ਨੇ ਉਹਦੇ ਵਿੱਚੋਂ ਕੁਛ ਪਰਸੈਂਟ ਜਿਹੜਾ ਹੈਗਾ ਅਮਾਊਂਟ ਉਹ ਤੁਸੀਂ ਆਪਣਾ ਅਲੱਗ ਅੱਖਾਂ ਬੰਦ ਕਰਕੇ ਰੱਖ ਦਿਉ ਵੀ ਭਾਈ ਇਹਨੂੰ ਮੈਂ ਦੇਖਣਾ ਨਹੀਂ ਹੈਗਾ ਜਿਵੇਂ ਆਪਾਂ ਦਸਵੰਧ ਕੱਢੀ ਦਾ ਹੈਗਾ ਆ ਹੈ ਨਾ ਸੋ ਦਸਵੰਧ ਤਾਂ ਜਿਹੜਾ ਹੋ ਗਿਆ ਆਪਾਂ ਮੱਥਾ ਟੇਕਦੇ ਹੈਗੇ ਹਾਂ ਉਹ ਤਾਂ ਟੋਟਲੀ ਅਲੱਗ ਹੁੰਦਾ ਬਟ ਉਸ ਤੋਂ ਇਲਾਵਾ ਮੈਂ ਕਹਿੰਦਾ ਹਾਂ ਅਲੱਗ ਕਰੋ ਅਤੇ ਹੋਰ ਇਸ ਤੋਂ ਇਲਾਵਾ ਕੀ ਕਹਿੰਦੇ ਹੈਗੇ ਨੇ ਜਿਵੇਂ ਹੁਣ ਇੱਥੇ ਕੈਨੇਡਾ ਦੇ ਵਿੱਚ ਵੀ ਬਹੁਤ ਜ਼ਿਆਦਾ ਲੋੜ ਹੈਗੀ ਆ ਇਹ ਚੀਜ਼ਾਂ ਸਮਝਾਉਣ ਦੇ ਲਈ ਬਾਕੀਆਂ ਨੂੰ ਜਿਵੇਂ ਹੁਣ ਤੁਸੀਂ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ ਵੀ ਫੋਨ ਲੈ ਲਿਆ ਲੈਪਟੋਪ ਲੈ ਲਏ ਆਈਪੈਡ ਵਗੈਰਾ ਲੈ ਲਏ ਅਤੇ ਆਈਫੋਨ 15 ਲੈ ਲਏ ਜਿਹੜੇ ਜਿਹਦੇ 'ਤੇ ਵੀਡੀਓ ਵਗੈਰਾ ਬਣਾਉਣਾ ਅਤੇ ਕਹਿਣ ਦਾ ਮਤਲਬ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹਰ ਇੱਕ ਬੰਦਾ ਲੈਂਦਾ ਰਹਿੰਦਾ ਬਾਅਦ ਦੇ ਵਿੱਚ ਜਦੋਂ ਪੈਸੇ ਖਤਮ ਹੋ ਜਾਂਦੇ ਉਦੋਂ ਬੰਦਾ ਸੋਚਦਾ ਯਾਰ ਵੀ ਪੈਸੇ ਚਾਹੀਦੇ ਨੇ ਫੀਸ ਭਰਨੀ ਹੈ ਜਾਂ ਅੱਛਾ ਇਹਦੇ ਲਈ ਲੋੜ ਪੈ ਗਈ ਗੱਡੀ ਲੈਣੀ ਹੈ ਜਾਂ ਗੱਡੀ ਮਤਲਬ ਤੁਸੀਂ ਖਰਚਾ ਉੱਥੇ ਤੱਕ ਕਰੋ ਜਿੱਥੇ ਤੱਕ ਤੁਹਾਡੀ ਜੇਬ ਭਾਰ ਸਹਿ ਸਕਦੀ ਹੈ ਕਹਿਣ ਦਾ ਮਤਲਬ ਹੈ ਕਿ ਸੇਵਿੰਗ ਜਿਹੜੀ ਹੈਗੀ ਹੈ ਬਾਹਲੀ ਜ਼ਰੂਰੀ ਹੈ ਜੇ ਤੁਸੀਂ ਬਿਨਾਂ ਸੇਵਿੰਗ ਤੋਂ ਚੱਲੋਗੇ ਤਾਂ ਤੁਹਾਡੀ ਲਾਈਫ ਜਿਹੜੀ ਹੈਗੀ ਹੈ ਬਰਬਾਦ ਛੇਤੀ ਹੋਣੀ ਸ਼ੁਰੂ ਹੋ ਜੂਗੀ ਜੇ ਤੁਹਾਡੇ ਕੋਲ ਸੇਵਿੰਗ ਹੋਊਗੀ ਤਾਂ ਕੱਲ੍ਹ ਦੀ ਤਰੀਕ ਦੇ ਵਿੱਚ ਵਧੀਆ ਤੁਸੀਂ ਆਪਣਾ ਲਾਈਫ ਇੰਜੋਏ ਕਰ ਸਕਦੇ $1,300 ਤਾਂ ਜਿਹੜੇ ਹੈਗੇ ਸੀਗੇ ਉਹ ਮੈਂ ਬੈਂਕ ਦੇ ਵਿੱਚ ਵੀ ਕੱਢੇ ਬਾਕੀ ਕੈਸ਼ ਆਲਵੇਜ਼ ਮੈਂ ਆਪਣੇ ਕੋਲ ਤਕਰੀਬਨ ਰੱਖਦਾ ਹੀ ਹੈਗਾ ਆ ਸੋ ਇਹਦੇ ਵਿੱਚ ਮੈਂ ਹੋਰ ਆਪਣਾ ਕੀ ਕਹਿੰਦੇ ਨੇ $2,000 ਪਾਇਆ ਅਤੇ ਅੱਜ ਮੈਂ ਤਕਰੀਬਨ ਇਹ ਸਾਰਾ ਕੈਸ਼ ਜਿਹੜਾ ਹੈਗਾ ਆ ਬੈਂਕ ਦੇ ਵਿੱਚ ਜਮ੍ਹਾਂ ਕਰਾਉਣ ਜਾਊਂਗਾ ਅਤੇ ਉਸ ਤੋਂ ਇਲਾਵਾ ਆਪਣੀ ਜਿਹੜੀ ਇਹ ਭਾਨ ਹੈਗੀ ਆ ਇਹ ਜਦੋਂ ਹੁਣ ਟਾਈਮ ਮਿਲਿਆ ਉਦੋਂ ਦੇਖਾਂਗੇ ਬੈਂਕ ਵਾਲਿਆਂ ਨੂੰ ਦੇ ਕੇ ਬੋਰਾ ਵੀ ਕੀ ਕਹਿੰਦੇ ਆ ਇਹ ਅਤੇ ਦੈਟਸ ਆਲ ਸੋ ਵੀਡੀਓ ਦਾ ਮੇਰਾ ਕੁਛ ਖਾਸ ਇੱਦਾਂ ਨਹੀਂ ਸੀਗਾ ਕਿ ਹਾਂ ਤਾਂ ਹੁਣ ਦਿਖਾਵਾਂ ਵੀ ਇੰਨੇ ਪੈਸੇ ਜੋੜੇ ਆ ਜਾਂ ਕੁਛ ਇੱਦਾਂ ਇਹ ਸੀਗਾ ਕਿ ਹਾਂ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਥੋੜ੍ਹਾ ਬਹੁਤਾ ਸਮਝੋ ਕੁਛ ਵੀ ਹਾਂ ਵੀ ਆਪਾਂ ਨੂੰ ਸੇਵਿੰਗਸ ਕਰਨੀਆਂ ਚਾਹੀਦੀਆਂ ਆਪਣੀ ਲਾਈਫ ਦੇ ਵਿੱਚ ਬਾਕੀ ਦੀਆਂ ਸਾਰੀਆਂ ਚੀਜ਼ਾਂ ਹੈਗੀਆਂ ਸੈਪਰੇਟ ਹੁੰਦੀਆਂ ਰਹਿੰਦੀਆਂ ਨੇ ਸੇਵਿੰਗ ਜਿਹੜੀ ਹੈਗੀ ਆ ਇਹ ਮੇਨ ਹੈਗੀ ਆ ਹਰ ਇੱਕ ਜਿਹੜਾ ਪੇ ਚੈੱਕ ਆਉਂਦਾ ਤੁਸੀਂ ਉਡਾਓ ਨਾ ਸਾਂਭ ਕੇ ਰੱਖੋ ਆਪਣੇ ਕੋਲ ਅਤੇ ਬਾਕੀ ਹੋਪ ਕਰਦਾ ਵੀਡੀਓ ਜਿਹੜੀ ਹੈਗੀ ਵਧੀਆ ਲੱਗੀ ਹੋਊਗੀ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਤੁਸੀਂ ਸੇਵ ਕਰ ਲਓ ਅਤੇ ਉਸ ਤੋਂ ਬਾਅਦ ਦੇ ਵਿੱਚ ਲਾਈਕ ਸ਼ੇਅਰ ਸਬਸਕ੍ਰਾਈਬ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰ ਲਓ ਅਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਥੈਂਕ ਯੂ ਟੇਕ ਕੇਅਰ ਬਾਏ।